ਸਤਿ ਸ਼੍ਰੀ ਅਕਾਲ ਡੀ 5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ। ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੇ ਨੇ। ਇੱਕ ਕਿਸਾਨ ਅੰਦੋਲਨ ਦਿੱਲੀ ਦੀਆਂ ਹੱਦਾਂ ਦੇ ਉੱਤੇ ਚੱਲਿਆ, ਲੰਮਾ ਸਮਾਂ ਅੰਦੋਲਨ ਚੱਲਿਆ ਅਤੇ 3 ਖੇਤੀ ਕਾਨੂੰਨ ਵਾਪਸੀ ਤੋਂ ਬਾਅਦ ਹੀ ਕਿਸਾਨ ਘਰ ਵਾਪਸ ਪਰਤੇ ਸੀ। ਅਤੇ ਹੁਣ ਇੱਕ ਹੋਰ ਕਿਸਾਨ ਅੰਦੋਲਨ ਖਨੌਰੀ ਅਤੇ ਸ਼ੰਭੂ ਬੈਰੀਅਰ ਦੇ ਉੱਤੇ ਚੱਲ ਰਿਹਾ ਹੈ ਅਤੇ ਅੱਜ ਉਸ ਅੰਦੋਲਨ ਦੇ 200 ਦਿਨ ਪੂਰੇ ਹੋ ਗਏ ਨੇ। ਅਤੇ ਕਿਸਾਨ ਜਥੇਬੰਦੀਆਂ ਵੱਲੋਂ ਵੱਡਾ ਸਮਾਗਮ ਕੀਤਾ ਜਾ ਰਿਹਾ ਹੈ, ਵੱਖ ਵੱਖ ਥਾਵਾਂ ਤੋਂ ਕਿਸਾਨ ਪਹੁੰਚ ਰਹੇ ਨੇ। ਕੀ ਤਿਆਰੀਆਂ ਨੇ, ਕਿਸ ਤਰ੍ਹਾਂ ਦਾ ਮਾਹੌਲ ਹੈ, ਇਸ ਨੂੰ ਲੈ ਕੇ ਜਗਜੀਤ ਸਿੰਘ ਡੱਲੇਵਾਲ ਜੋ ਕਿਸਾਨ ਲੀਡਰ ਨੇ, ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਨੇ। ਹਾਂਜੀ ਡੱਲੇਵਾਲ ਸਾਹਿਬ, ਅੱਜ ਸਮਾਗਮਾਂ ਨੂੰ ਲੈ ਕੇ ਕੀ ਤਿਆਰੀਆਂ ਨੇ ਜੀ? ਦੇਖੋ ਤਿਆਰੀਆਂ ਤੇ ਮਤਲਬ ਵਾਹਿਗੁਰੂ ਦੇ ਹੁਕਮ ਨਾਲ ਚੜ੍ਹਦੀ ਕਲਾ ਚ ਜੀ, ਜਿਹੜੇ ਸਾਡੇ ਪੰਡਾਲ ਸੀ ਲਗਭਗ ਅੱਗੇ ਨਾਲੋਂ ਅਸੀਂ ਤਿੰਨ ਗੁਣਾ ਪੰਡਾਲ ਦਾ ਪ੍ਰਬੰਧ ਕੀਤਾ। ਮੈਨੂੰ ਲੱਗਦਾ ਉਹ ਤਿੰਨ ਗੁਣਾ ਪ੍ਰਬੰਧ ਵੀ ਸਾਡਾ ਥੋੜਾ ਰਹਿ ਜਾਣਾ, ਪਰ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੀਆਂ ਨੇ ਜੀ, ਬਹੁਤ ਸਾਰੀਆਂ ਆ ਗਈਆਂ ਨੇ, ਕੁਝ ਹਜੇ ਰਸਤੇ ਦੇ ਵਿੱਚ ਬੱਸਾਂ ਆ ਰਹੀਆਂ ਨੇ, ਉਹ ਆ ਜਾਣਗੀਆਂ ਲਗਭਗ 12 ਵਜੇ ਸ਼ੁਰੂ ਕਰਨੀ ਹੈ ਅਸੀਂ, ਔਰ 12 ਵਜੇ ਨੂੰ ਆ ਜਾਣਗੀਆਂ ਮਤਲਬ ਸਾਰੀਆਂ ਸੰਗਤਾਂ, ਉਦੋਂ ਮਤਲਬ ਤੁਸੀਂ ਆਪ ਦੇਖ ਲਓਗੇ ਸਾਰਾ ਕੁਛ। ਤੇ ਕਿੰਨੀ ਕੁ ਸੰਭਾਵਨਾ ਬਣ ਰਹੀ ਹੈ, ਕਿੱਥੋਂ ਕਿੱਥੋਂ ਕਿਸਾਨ ਜਥੇਬੰਦੀਆਂ ਆ ਰਹੀਆਂ ਨੇ ਜੀ? ਹਾਂਜੀ, ਕਿਹੜੇ ਕਿਹੜੇ ਜਗ੍ਹਾ ਦੇ ਉੱਤੋਂ ਕਿਸਾਨ ਜਥੇਬੰਦੀਆਂ ਇਸ ਸਮਾਗਮ ਦਾ ਅੱਜ ਹਿੱਸਾ ਬਣ ਰਹੀਆਂ ਨੇ? ਦੇਖੋ ਗੱਲ ਇਹ ਹੈ ਜੀ, ਇੰਨੀਆਂ ਜਥੇਬੰਦੀਆਂ ਜਿਹਨਾਂ ਜੁੜੀਆਂ ਹੋਈਆਂ ਨੇ ਜੀ, ਸਾਰੀਆਂ ਆ ਰਹੀਆਂ ਨੇ, ਰਾਜਸਥਾਨ ਤੋਂ ਸਾਡੇ ਆਗੂ ਪਹੁੰਚ ਚੁੱਕੇ ਨੇ ਜੀ, ਹਰਿਆਣੇ ਵਾਲੇ ਆ ਰਹੇ ਨੇ ਜੀ, ਔਰ ਪੰਜਾਬ ਦੇ ਕੋਈ ਜ਼ਿਲ੍ਹਾ ਕੋਈ ਪਿੰਡ ਇਹ ਜਿਹਾ ਨਹੀਂ ਹੋਏਗਾ ਜਿੱਥੋਂ ਕੋਈ ਨਾ ਕੋਈ ਸਾਧਨ ਨਹੀਂ ਆਏਗਾ ਜੀ, ਪੂਰੇ ਪੰਜਾਬ ਦੇ ਹਰਿਆਣੇ ਦੇ ਲੋਕ ਇਹਦੇ ਵਿੱਚ ਸ਼ਮੂਲੀਅਤ ਕਰਨਗੇ ਜੀ। ਤੇ ਡੱਲੇਵਾਲ ਸਾਹਿਬ, ਕੁਝ ਖਾਸ ਅੱਜ ਚਰਚਾਵਾਂ ਜਾਂ ਕੁਝ ਐਲਾਨ ਹੋਣ ਦੀ ਸੰਭਾਵਨਾ, ਜਾਂ ਤੁਹਾਡੀ ਜਿਹੜੀ ਅਗਲੀ ਰਣਨੀਤੀ ਕੋਈ ਤੈਅ ਹੋ ਸਕਦੀ ਹੈ? ਹਜੇ ਵਿਚਾਰ ਕੇ ਮੀਟਿੰਗ ਕਰਕੇ ਦੱਸਾਂਗੇ ਜੀ ਜੀ ਜੀ, ਮਿਹਰਬਾਨੀ ਡੱਲ ਸਾਹਿਬ। ਦੱਸ ਦੇ ਕਿ ਕਿਸਾਨ ਫਸਲਾਂ ਦੇ ਉੱਤੇ MSP ਦੀ ਮੰਗ ਨੂੰ ਲੈ ਕੇ ਤੇ ਹੋਰਨਾਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ। ਦਿੱਲੀ ਵੱਲ ਜਾਣ ਦਾ ਫੈਸਲਾ ਕੀਤਾ ਸੀਗਾ ਕੁਝ ਕਿਸਾਨ ਜਥੇਬੰਦੀਆਂ ਨੇ, ਇੱਕ ਨਵਾਂ ਕਿਸਾਨ ਮੋਰਚਾ ਹੋਣ ਦੇ ਵਿੱਚ ਆਇਆ ਸੀਗਾ, ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦਾ ਉਹਨੂੰ ਪੂਰਾ ਸਾਥ ਮਿਲਿਆ ਸੀ ਅਤੇ ਇਹਨਾਂ ਨੇ ਅੱਗੇ ਵਧਣਾ ਸੀ, ਪਰ ਹਰਿਆਣਾ ਸਰਕਾਰ ਨੇ ਪਹਿਲਾਂ ਹੀ ਇਹਨਾਂ ਨੂੰ ਰੋਕ ਲਿਆ। ਅਤੇ ਅੱਜ 200 ਦਿਨ ਪੂਰੇ ਹੋ ਰਹੇ ਨੇ ਇਸ ਕਿਸਾਨ ਅੰਦੋਲਨ ਦੇ, ਦੇਸ਼ ਭਰ ਤੋਂ ਕਿਸਾਨ ਇਸ ਅੰਦੋਲਨ ਦਾ ਹਿੱਸਾ ਬਣ ਰਹੇ ਨੇ। ਸ਼ੰਭੂ ਬੈਰੀਅਰ ਦੇ ਉੱਤੇ ਸਟੇਜ ਤੋਂ ਕਿਸਾਨ ਵੱਡੇ ਐਲਾਨ ਵੀ ਕਰਨਗੇ, ਪ੍ਰੈਸ ਕਾਨਫਰੰਸ ਹੋਣ ਦੀ ਵੀ ਸੰਭਾਵਨਾ, ਜਿਸ ਤੋਂ ਬਾਅਦ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਸ਼ੰਭੂ ਬੈਰੀਅਰ ਖੋਲ੍ਹਣ ਨੂੰ ਲੈ ਕੇ ਜਿਹੜੀ ਪਟੀਸ਼ਨ ਆ ਉਹ ਸੁਪਰੀਮ ਕੋਰਟ ਦੇ ਵਿੱਚ ਵੀ ਪਹੁੰਚੀ ਹੋਈ ਹੈ। ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਹਰਿਆਣਾ ਅਤੇ ਪੰਜਾਬ ਰਲ ਕੇ ਇਸ ਮਸਲੇ ਦਾ ਹੱਲ ਕੱਢਣ, 2 ਵਾਰ ਮੀਟਿੰਗ ਹੋ ਚੁੱਕੀ ਹੈ ਹਰਿਆਣਾ ਦੀ ਪੁਲਿਸ ਅਤੇ ਪੰਜਾਬ ਦੀ ਪੁਲਿਸ ਦੇ ਨਾਲ ਕਿਸਾਨ ਜਥੇਬੰਦੀਆਂ ਦੀ ਪਟਿਆਲਾ ਦੇ ਵਿੱਚ, ਪਰ ਕੋਈ ਵੀ ਸਿੱਟਾ ਨਹੀਂ ਨਿਕਲਿਆ। ਹੁਣ ਦੇਖਣਾ ਹੋਵੇਗਾ ਕਿ ਅੱਜ ਕਿਸਾਨ ਕੀ ਰਣਨੀਤੀ ਬਣਾਉਂਦੇ ਨੇ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ, ਦੱਸਾਂਗੇ ਕੌਣ ਕਰ ਰਿਹਾ ਹੈ, ਕਿਹਦੇ ਤੇ ਜ਼ਬਰ, ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ, ਖੋਲਾਂਗੇ ਅੰਦਰੂਨੀ ਰਾਜ਼, ਬਣਾਂਗੇ ਬੁਲੰਦ ਆਵਾਜ਼, ਖੇਡ ਸਿੱਖਿਆ
ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਾਰਾਂਗੇ ਝਾਤ। ਅਬ ਧਰਮ, ਧਰੋਹਰ, ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਹੈ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ।